बीजेपी ਦੇ ਨਵੇਂ ਬਣਾਏ ਜ਼ਿਲ੍ਹਾ ਪ੍ਰਧਾਨ ਸਰੂਪਚੰਦ ਸਿੰਗਲਾ ਨੂੰ ਵਧਾਈ ਦੇਣ ਲਈ ਪਹੁੰਚੀ ਅੱਜ ਬਠਿੰਡਾ ਦਿਹਾਤੀ ਤੋਂ ਬੀਜੇਪੀ ਦੇ ਵਰਕਰ ਤੇ ਕਿਹਾ 24 'ਚ ਇੱਕ ਵਾਰੀ ਫਿਰ ਬੀਜੇਪੀ ਦੀ ਸਰਕਾਰ ਹੀ ਸੈਂਟਰ ਦੇ ਵਿੱਚ ਹੋਵੇਗੀ ਰਿਪੀਟ। ਬਠਿੰਡਾ ਦਿਹਾਤੀ ਤੋਂ ਬੀਜੇਪੀ ਦੇ ਸਾਬਕਾ ਪ੍ਰਧਾਨ ਗੁਰਵਿੰਦਰ ਸਿੰਘ ਭਗਤਾ ਨੇ ਬੋਲਦਿਆਂ ਕਿਹਾ ਕਿ ਆਉਣ ਵਾਲੀ 2024 ਦੇ ਵਿੱਚ ਬੀਜੇਪੀ ਦੀ ਸਰਕਾਰ ਦੁਆਰਾ ਸੈਂਟਰ 'ਚ ਬਣੇਗੀ ਅਤੇ 27 ਦੇ ਵਿੱਚ ਪੰਜਾਬ ਦੇ ਵਿੱਚ ਵੀ ਉਹ ਬੀਜੇਪੀ ਦੀ ਸਰਕਾਰ ਬਣਾਉਣਗੇ। ਜੋ ਬੀਜੇਪੀ ਵੱਲੋਂ ਨਵੇਂ ਲੀਡਰਾਂ ਦੀ ਚੋਣ ਕੀਤੀ ਹੈ, ਅਸੀਂ ਸਾਰੇ ਉਸ 'ਤੇ ਖੁਸ਼ ਹਾਂ। ਅਤੇ ਅੱਜ ਉਹ ਬਠਿੰਡਾ ਦੇ ਜੋ ਸਾਬਕਾ ਵਿਧਾਇਕ ਸਰੂਪਚੰਦ ਸਿੰਗਲਾ ਨੇ ਅਤੇ ਬੀਜੇਪੀ ਵੱਲੋਂ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ, ਉਹਨਾਂ ਨੂੰ ਵਧਾਈ ਦੇਣ ਦੇ ਲਈ ਵੱਡੀ ਗਿਣਤੀ 'ਚ ਵਰਕਰ ਇੱਥੇ ਆਏ ਹੋਏ ਸਨ ਅਤੇ ਉਹ ਸਰਕਟ ਹਾਊਸ ਵਿਖੇ ਇਕੱਠੇ ਹੋਏ ਸਨ। ਮੇਰਾ ਨਾਂ ਗੁਰਵਿੰਦਰ ਸਿੰਘ ਭਗਤਾ, ਸਾਬਕਾ ਜ਼ਿਲ੍ਹਾ ਪ੍ਰਧਾਨ ਬੀਜੇਪੀ ਬਠਿੰਡਾ ਦਿਹਾਤੀ। ਮੈਂ ਕਈ ਅਹੁਦਿਆਂ 'ਤੇ ਪਾਰਟੀ ਵਿੱਚ ਕੰਮ ਕਰ ਰਿਹਾ ਕਾਫੀ ਲੰਮੇ ਸਮੇਂ ਤੋਂ। ਅੱਜ ਤੁਸੀਂ ਆਏ ਹੋ ਕਿਸ ਤਰ੍ਹਾਂ? ਅੱਜ ਅਸੀਂ ਸਾਰੇ ਹੀ ਬੀਜੇਪੀ ਦੇ ਵਰਕਰ ਹੈ, ਸਾਰੇ ਅਹੁਦੇਦਾਰ ਸਾਹਿਬ ਹਨ। ਅਸੀਂ ਸਰੂਪ ਸਿੰਗਲਾ ਜੀ ਨੂੰ ਅੱਜ ਵਧਾਈ ਦੇਣ ਵਾਸਤੇ ਇਕੱਠੇ ਹੋਏ ਹਾਂ। ਅਸੀਂ ਉਹਨਾਂ ਦੇ ਦਫ਼ਤਰ ਜਾ ਰਹੇ ਹਾਂ ਇੱਥੋਂ ਇਕੱਠੇ ਹੋ ਕੇ। ਸਰੂਪ ਸਿੰਗਲਾ ਜੀ ਸਾਡੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਨਵੇਂ ਰੱਖੇ ਨੇ। ਕਿਸ ਤਰ੍ਹਾਂ ਦੀਆਂ ਉਮੀਦਾਂ ਨੇ? ਆਉਣ ਵਾਲਾ ਸਮਾਂ ਬੀਜੇਪੀ ਦਾ ਹੀ ਹੈ, ਸੈਂਟਰ 'ਚ ਵੀ ਬੀਜੇਪੀ ਹੈ, 2024 'ਚ ਦੁਬਾਰੇ ਰਿਪੀਟ ਹੋ ਰਹੀ ਹੈ ਅਤੇ ਜਿਹੜੀ 27 'ਚ ਹੈ ਉਹ ਫਿਰ ਅਸੀਂ ਬੀਜੇਪੀ ਦੀ ਸਰਕਾਰ ਪੰਜਾਬ 'ਚ ਬਣਾਵਾਂਗੇ। ਇਸ ਕਰਕੇ ਸਾਰੇ ਹੀ ਧੜੱਲੇਦਾਰ ਜਿੰਨੇ ਵੀ ਜ਼ਿਲ੍ਹਾ ਪ੍ਰਧਾਨ ਹੈ ਉਹ ਚੁਣੇ ਆ ਪਾਰਟੀ ਨੇ, ਉਹਨਾਂ ਨੂੰ ਨੁਮਾਇੰਦਗੀ ਦਿੱਤੀ ਹੈ, ਅਸੀਂ ਸਾਰੇ ਖੁਸ਼ ਹੈ, ਸਾਰੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਨਾਲ ਚੱਲਾਂਗੇ। ਸਰ, ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਹੈ? ਮੇਰਾ ਨਾਮ ਜੀ ਰੁਪਿੰਦਰਜੀਤ ਸਿੰਘ। ਮੈਂ ਜਿਹੜੀਆਂ ਬੀਤੀਆਂ ਵਿਧਾਨ ਸਭਾ ਚੋਣਾਂ ਸੀਗੀਆਂ 2022 ਦੀਆਂ, ਉਹ 'ਚ ਮੈਂ ਪੁੱਛੋ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਜਿਹੜੇ ਚੋਣ ਲੜੀ ਸੀ। ਹੁਣ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਦੀ ਟੀਮ ਹੈ ਨਵੀਂ ਜਿਹੜੀ ਘੋਸ਼ਿਤ ਕੀਤੀ ਗਈ ਹੈ, ਜ਼ਿਲ੍ਹਾ ਪ੍ਰਧਾਨ ਨਵੇਂ ਬਣਾਏ ਗਏ ਆ, ਅਸੀਂ ਪਾਰਟੀ ਦੇ ਇਸ ਫੈਸਲੇ ਤੋਂ ਬਹੁਤ ਖੁਸ਼ ਹਾਂ ਔਰ ਪਾਰਟੀ ਦੇ ਇਸ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ। ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ, ਜਿਹੜੇ ਸਾਡੇ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਮਿਲਿਆ ਸ਼੍ਰੀ ਸਰੂਪ ਸਿੰਗਲਾ ਜੀ, ਉਹਨਾਂ ਨੂੰ ਅਸੀਂ ਮਿਲਣ ਜਾ ਰਹੇ ਹਾਂ ਔਰ ਉਹਨਾਂ ਨੂੰ ਮਤਲਬ ਉਹਨਾਂ ਨੇ ਜੋ ਉਹਨਾਂ ਨੂੰ ਪਾਰਟੀ ਨੇ ਅਹੁਦਾ ਦੇ ਕੇ ਨਵਾਜਿਆ ਅਤੇ ਨਾਲੇ ਤਾਂ ਅਸੀਂ ਉਹਨਾਂ ਨਾਲ ਖੁਸ਼ੀ ਸਾਂਝੀ ਕਰਾਂਗੇ, ਨਾਲੇ ਅਸੀਂ ਪਾਰਟੀ ਦਾ ਧੰਨਵਾਦ ਕਰਨ ਪਹੁੰਚੇ ਹਾਂ ਇਸ ਗੱਲ ਲਈ। ਔਰ ਇੱਕ ਗੱਲ ਅਸੀਂ ਹੋਰ ਇਸ ਗੱਲ ਸਮੇਂ ਕਹਿਣਾ ਚਾਹੁੰਦੇ ਹਾਂ ਵੀ ਜੋ ਸਾਡਾ ਪੰਜਾਬ ਹੈ ਉਹਦੇ ਵਿੱਚ ਬੀਤੇ 8 ਮਹੀਨੇ ਪਹਿਲਾਂ ਜਿਹੜੀ ਸਰਕਾਰ ਬਣੀ ਸੀ ਉਹ ਜੋ ਹਾਲਾਤ ਹੈ ਉਹ ਅੱਜ ਹਰ ਇੱਕ ਇਨਸਾਨ ਦੇ ਸਾਹਮਣੇ ਆਏ ਹੋਏ ਆ। ਜੋ ਵੀ ਇੱਕ ਪੰਜਾਬ ਦਾ ਨਾਗਰਿਕ ਹੈ, ਚਾਹੇ ਉਹ ਦੇਸ਼ਾਂ 'ਚ ਬੈਠਾ ਹੈ ਚਾਹੇ ਉਹ ਵਿਦੇਸ਼ਾਂ 'ਚ ਬੈਠਾ ਹੈ, ਉਹ ਪੰਜਾਬ ਦੀ ਅਜੋਕੀ ਸਥਿਤੀ ਤੋਂ ਬਹੁਤ ਹੀ ਫਿਕਰਮੰਦ ਹੈ। ਸੋ ਸਾਡਾ ਜਿਹੜਾ ਪਬਲਿਕ ਨੂੰ ਰੁਝਾਨ ਵੀ ਬਣਦਾ ਪਿਆ ਹੈ ਪਬਲਿਕ ਦਾ ਵੀ ਜਿਹੜਾ ਆਉਣ ਵਾਲਾ ਸਮਾਂ ਉਹ ਭਾਰਤੀ ਜਨਤਾ ਪਾਰਟੀ ਦਾ, ਸੈਂਟਰ ਦੇ ਵਿੱਚ, ਕੇਂਦਰ ਦੇ ਵਿੱਚ ਵੀ ਔਰ ਸੂਬੇ ਦੇ ਵਿੱਚ ਵੀ। ਔਰ ਅਗਰ ਅਸੀਂ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ 'ਤੇ ਲਿਜਾਉਣਾ ਚਾਹੁੰਦੇ ਹਾਂ, ਨੌਜਵਾਨਾਂ ਨੂੰ ਕੋਈ ਰੁਜ਼ਗਾਰ ਮੁਹੱਈਆ ਕਰਾਉਣਾ ਚਾਹੁੰਦੇ ਹਾਂ, ਕੋਈ ਇੱਥੇ ਇੰਡਸਟਰੀ ਆਵੇ, ਕਾਰੋਬਾਰ ਵਧਣ, ਉਹ ਸਿਰਫ ਅਤੇ ਸਿਰਫ ਭਾਰਤੀ ਜਨਤਾ ਪਾਰਟੀ ਹੀ ਦੇ ਸਕਦੀ ਹੈ। ਇਹਨਾਂ ਸ਼ਬਦਾਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ।